ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ 9782052513। ਅੱਜ ਦੀ ਵੀਡੀਓ ਪਿੰਡ ਕਾਲੇ ਕਾ ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦਾ ਹੈ, ਜ਼ਿਲ੍ਹਾ ਮੋਗਾ ਦੀ। ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਗ ਵਿਕਾਊ ਆ, ਜਿਹੜਾ ਸਾਹਮਣੇ ਸਕਰੀਨ 'ਤੇ ਦੇਖ ਰਹੇ ਹੋ। ਸੂਆ ਸਵਾ ਜਾਨਵਰ ਆ, ਬੱਚਾ ਵੀ ਨਾਲ ਆ, ਜਿਹੜਾ ਸਾਹਮਣੇ ਸਕਰੀਨ 'ਤੇ ਦੇਖ ਸਕਦੇ ਹੋ, ਬੱਚਾ ਵੀ ਨਾਲ ਆ। ਬਾਘੇ ਪੁਰਾਣੇ ਦੇ ਬਿਲਕੁਲ ਨਾਲ ਹੀ ਰਹਿੰਦਾ ਕਾਲੇ ਕੇ। ਦੋਸਤੋ ਜ਼ਿਆਦਾ ਗੱਲਾਂ ਬਾਤ ਆਪਾਂ ਬਾਈ ਨਾਲ ਕਰਦੇ ਹਾਂ, ਬਾਈ ਤੋਂ ਜਾਣਕਾਰੀ ਲੈਂਦੇ ਹਾਂ। ਜਿਹੜੇ ਵੀਰ ਨਵੇਂ ਆਏ ਆ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਅਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਅਤੇ ਐਡਰੈਸ ਦੱਸੋ। ਨਾਮ ਅਮਨਦੀਪ ਸਿੰਘ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਠੀਕ ਹੈ ਜੀ, ਮੋਬਾਈਲ ਨੰਬਰ ਬੋਲਦੇ ਜੀ। 9591252270। ਇੱਕ ਵਾਰੀ ਹੋਰ ਬੋਲ ਦਿਓ। 9591252270। ਠੀਕ ਹੈ ਜੀ। ਦੋਸਤੋ ਬਾਈ ਦਾ ਮੋਬਾਈਲ ਨੰਬਰ ਜਿਹੜਾ ਥੱਲੜਲੇ ਪਾਸੇ ਸਕਰੀਨ ਤੇ ਚੱਲਦਾ, ਉਹ ਨੰਬਰ ਆ ਜਿਹੜਾ ਉੱਪਰ ਚੱਲਦਾ ਉਹ ਮੇਰਾ ਨੰਬਰ ਆ। ਜਾਨਵਰ ਲੈਣ ਲਈ ਤੁਸੀਂ ਬਾਈ ਨਾਲ ਸੰਪਰਕ ਕਰਨਾ, ਜਿਹੜਾ ਨੰਬਰ ਥੱਲੇ ਚੱਲਦਾ। ਜਿਹੜਾ ਵੀ ਇੱਕ ਨੰਬਰ ਜਿਹੜਾ ਆਪਾਂ ਸਕਰੀਨ ਤੇ ਵੇੜ ਦੇਖ ਰਹੇ ਆ, ਦੀ ਕੀ ਡਿਟੇਲ ਆ ਬਈ? ਕਿੰਨਵਾਂ ਸੂਆ ਸੂਈ ਇਹ? ਬਾਈ ਜੀ ਪਹਿਲਾ ਸੂਆ ਸੂਈ ਵੀ ਆ। ਠੀਕ ਹੈ ਜੀ, ਕਿੰਨਾ ਟਾਈਮ ਹੋ ਗਿਆ? ਲਗਭਗ ਇਹਨੂੰ ਹੋ ਗਏ ਹੁਣ 22-25 ਦਿਨ। ਠੀਕ ਹੈ ਜੀ, ਜਿੱਥੋਂ ਆਪਾਂ ਲਿਆਂਦੇ ਉਹਨਾਂ ਦਾ 20 ਦੱਸਿਆ, ਪਰ ਹੋ ਗਏ ਹੁਣ ਬਾਈ 22-25 ਦਿਨ, ਮਤਲਬ ਵੀ ਮਹੀਨੇ ਅੰਦਰ ਆ, ਮਹੀਨੇ ਭਾਵਾਂ ਕੋਈ ਮਹੀਨਾ ਮੰਨ ਲਏ। ਠੀਕ ਹੈ ਜੀ। ਹਾਂਜੀ ਬਾਈ, ਤੇ ਇਸ ਟਾਈਮ ਫਿਰ ਦੁੱਧ ਕਿੰਨਾ ਤਿਆਰ ਹੈ ਇਸ ਲਈ? ਦੁੱਧ ਬਾਈ 7 ਕਿਲੋ ਦੁੱਧ ਤਿਆਰ ਆ। ਆਪਣੀ ਇੱਕ ਬੇਨਤੀ ਆ, ਹਾਂਜੀ, ਆਪਣੇ ਘਰੋਂ ਭਾਵਾਂ 2 ਟਾਈਮ ਚੋ ਲੈਣ, 3 ਟਾਈਮ ਚੋ ਲੈਣਾ। ਠੀਕ ਹੈ ਜੀ। ਅਗਲੇ ਦੇ ਘਰੇ ਦੁੱਧ ਵਾਜੇ ਘਟ ਜੇ, ਆਪਣੀ ਕੋਈ ਗਾਰੰਟੀ ਨਹੀਂ। ਠੀਕ ਹੈ ਜੀ। ਠੀਕ ਆ ਨਾ ਬਾਈ? ਹਾਂਜੀ, ਮਤਲਬ ਜਿੱਥੇ ਹੁਣ ਇੱਕ ਗਾਂ ਗਈ 2 ਮਹੀਨੇ ਬਾਅਦ ਕਹਿੰਦੇ ਬਾਈ ਦੁੱਧ ਘਟ ਗਈ। ਠੀਕ ਹੈ ਜੀ। ਆਪਣੇ ਘਰੋਂ 2 ਟਾਈਮ ਚੋ ਲੈਣਾ, 3 ਚੋ ਲੈਣਾ। ਠੀਕ ਹੈ ਜੀ। ਜੇ ਕੋਈ ਆ ਭੂਰ ਛਿੱਟੇ ਦੀ, ਉਹ ਆਪਣੀ ਗਾਰੰਟੀ ਆ। ਕਿਸੇ ਨੇ ਬਾਈ 100 ਕਿਲੋਮੀਟਰ ਤੋਂ ਆਉਣਾ, ਉਹਨਾਂ ਥਾਂ 'ਚ ਭੂਰ ਛਿੱਟਾ ਹੋਵੇ, ਗੰਢ ਮਰੋੜੀ ਹੋਵੇ, ਕੋਈ ਵਾਰ ਘਾਟ ਹੋਵੇ ਨਾ, ਉਹ ਮਹਿਸੂਸ ਹੁੰਦਾ ਅਗਲੇ ਨੂੰ, ਉਹ ਆਪਾਂ ਦੇਣਦਾਰ ਆ ਅਗਲੇ। ਠੀਕ ਹੈ ਜੀ। ਹਾਂ ਵੀ ਆਪਣੇ ਘਰੇ ਚੋ ਲੈਣਾ 7 ਕਿਲੋ ਬਾਈ, ਭਾਵੇਂ 4 ਟਾਈਮ ਚੋ ਲੈਣਾ। ਸਹੀ ਹੈ ਜੀ। ਆਪਣੇ ਘਰੋਂ ਗਾਂ ਬਾਹਰ ਬਾਹਰ ਹੋ ਗਈ, ਆਪਣੇ ਇੱਕ ਮਿੰਟ ਦੀ ਬਾਈ ਇਹ ਨਾ, ਆਪਾਂ ਠੀਕ ਆ ਕਿ ਗਾਰੰਟੀ ਵੀ ਲੈਂਦੇ ਸੀਗੇ, ਪਰ ਇਹ ਜਿਹੜੇ ਲੋਕ ਜਿਹੜੇ ਮਹੀਨੇ ਬਾਅਦ 20 ਦਿਨਾਂ ਬਾਅਦ ਫੋਨ ਲਾਉਣ ਲੱਗ ਜਾਂਦੇ ਆ, ਹਾਂਜੀ, ਉਹ ਚੀਜ਼ ਦੇ ਬਾਈ ਮਹਿਸੂਸ ਹੁੰਦਾ ਵੀ ਆਪਾਂ 1 ਮਿੰਟ ਦੀ ਗਾਰੰਟੀ ਨਹੀਂ ਲੈਣੀਗੀ। ਚਲ ਖੋਟਾ ਪਸ਼ੂ ਤਾਂ ਆਪਾਂ ਕਾਹਨੂੰ ਕਿਸੇ ਨੂੰ ਦੇਣਾ, ਹਨਾ। ਹਾਂਜੀ ਹਾਂਜੀ। ਆਪਣੇ ਘਰੇ ਬਾਈ ਤਸੱਲੀ ਕਰ ਲੈ, ਅਗਲੇ ਤੇ ਦੁੱਧ ਵਾਜੇ ਘਟ ਜੇ, ਆਪਣੀ ਪੂਰਾ ਗਾਰੰਟੀ ਨਹੀਂਗੀ। ਠੀਕ ਹੈ ਜੀ। ਹਾਂਜੀ ਬਾਈ, ਤੇ ਠੰਡੀ ਸੀਲ ਇੰਨੀ ਆ ਬਾਈ, ਹਾਂਜੀ, ਬਿਨਾ ਨਿਆਣੇ ਤੋਂ ਗਾਂ ਚੁੰਨੇ ਅਸੀਂ। ਠੀਕ ਹੈ ਜੀ। ਇਹ ਹਾਂਜੀ, ਤੇ ਬੱਚਾ ਵੀ ਬਸ ਮੂੰਹ ਲਵਾ ਬੱਚੀ ਆ, ਮਗਰ ਭਾਵਾਂ ਇਹ ਵੀ ਨਹੀਂ ਮੂਹਰੇ ਬੰਨ, ਜਿੱਥੇ ਮਰਜ਼ੀ ਬੰਨ ਲਾ। ਠੀਕ ਹੈ ਜੀ। ਹਾਂਜੀ, ਵੀ ਨਿਆਣਾ ਨਹੀਂ ਪਾਉਂਦੇ ਬਿਨਾ ਨਿਆਣੇ ਤੋਂ ਗਾਂ, ਬੁੜੀਆਂ ਸਾਡੀਆਂ ਚੁੰਦੀਆਂ। ਹੁਣ ਚਵਾਈ ਹੋ ਚੁੱਕੀ ਹੈ ਕਿ ਰਹਿੰਦੀ ਚਵਾਈ? ਨਹੀਂ ਨਹੀਂ, ਚਵਾਈ ਕਰਨੀ ਆ ਬਾਈ ਇਹਦੀ। ਚਵਾਈ ਕਰਨੀ? ਹਾਂਜੀ ਬਾਈ। ਠੀਕ ਹੈ ਜੀ, ਚਵਾਈ ਹੋਣੀ ਹੈ ਜੀ, ਚਵਾਈ ਬਾਕੀ ਆ। ਤੇ ਬਾਈ ਦੀ ਜਿਹੜੀ ਰਿਕੁਐਸਟ ਆ ਉਹ ਜ਼ਰੂਰ ਪ੍ਰਵਾਨ ਕਰੋ। ਬਾਈ ਦੇ ਘਰੇ ਭਾਵੇਂ 4 ਡੰਗ ਚੋਲਿਓ, ਭਾਵੇਂ 5 ਡੰਗ ਚੋਲਿਓ, ਭਾਵੇਂ 2 ਡੰਗ ਚੋਲਿਓ, ਜਿਵੇਂ ਤੁਹਾਡਾ ਜੀ ਕਰਦਾ। ਜੇ ਦੂਰੋਂ ਨੇੜੇ ਆਉਣਾ ਵੀਡੀਓ ਕਾਲ ਤੇ ਚਵਾਈ ਕਰ ਲਿਓ, ਜੇ ਕਈ ਵਾਰ ਵੀਰ ਆ ਨਹੀਂ ਸਕਦਾ ਤੋਰ ਕੇ ਦਿਖਾ ਦਿਓ। ਹਾਂਜੀ ਬਾਈ, ਵੀਡੀਓ ਕਾਲ ਤੇ ਚਵਾ ਦੁੱਧ ਚੋ ਕੇ ਆਪਾਂ ਮਿਲ ਕੇ ਵੀ ਦੇ ਦੇਵਾਂਗੇ। ਸਹੀ ਹੈ ਜੀ, ਕਿਉਂਕਿ ਕੋਈ ਵੀਰ ਭਰਾ, ਹਾਂ ਵੀ ਵੀਡੀਓ ਕਾਲ ਤੇ ਬਾਈ ਆਪਾਂ ਆ ਹੀ ਨਹੀਂ ਚੋਣੀ, ਅਗਲਾ ਨਾ ਸਾਈ ਪਾਵੇ 1000 2000 ਰੁਪਿਆ, ਤੇ ਨਹੀਂ ਆਪਾਂ ਸਾਈ ਅਗਲੇ ਦੀ ਦੇਣਦਾਰ ਆ ਬਾਈ, ਵਾਪਸ ਕਰਾਂਗੇ ਦੁੱਧ ਵੱਧ ਘੱਟ ਹੋਇਆ, ਹਨਾ, ਆਪਾਂ ਕੋਈ ਰੌਲੇ ਵਾਲੇ ਬੰਦੇ ਨਹੀਂਗੇ। ਠੀਕ ਹੈ ਜੀ। ਹਾਂਜੀ, ਆ ਥੋੜਾ ਉਪਰਾ ਕਰਦੀ ਡਰਦੀ ਆ। ਠੀਕ ਹੈ ਜੀ। 7 ਕਿਲੋ ਦੁੱਧ ਨੈਟ ਪਿਆਰ ਆ। ਹਾਂਜੀ ਬਾਈ, ਇੱਧਰ ਹੀ ਮੋੜ ਲਓ, ਕੋਈ ਗੱਲ ਨਹੀਂ, ਭਾਵੇਂ 2 ਡੰਗ ਚੋਲੇ ਆ ਕੇ ਚਵਾਈ ਕਰ ਲਓ ਤਾਂ ਵਧੀਆ ਗੱਲ ਆ, ਆ ਕੇ ਤੁਹਾਡੀ ਤਸੱਲੀ ਹੋ ਜੂਗੀ, ਨਾਲ ਬੱਚਾ ਹੈਗਾ, ਨਿਆਣਾ ਬਾਈਆਂ ਦਾ ਪਾਉਣਾ ਪਾਓ, ਨਹੀਂ ਪਾਉਣਾ ਨਾ ਪਾਓ, ਮਹੀਨੇ ਕੇ ਦੇ ਅੰਦਰ ਸੂਈ ਆ। 7 ਕਿਲੋ ਦੁੱਧ ਤਿਆਰ ਆ ਦੋਨਾਂ ਟਾਈਮਾਂ ਦਾ, ਪਹਿਲਣ ਵਹਿੜ ਆ, ਕੋਈ ਹੈਲਤ ਨਹੀਂ ਕਰਦੀ, ਕੋਈ ਭਾਜਦੀ ਨਹੀਂ ਬਾਈ, ਕੋਈ ਲਾ ਛੁੱਟ ਨਹੀਂ ਮਾਰਦੀ। ਚਵਾਈ ਚੁਈ ਕਿਵੇਂ ਦੀ ਪੋਲੀ ਆ? ਹਾਂ ਚਵਾਈ ਚੁਈ ਬਾਈ ਪੂਰੀ 1 ਨੰਬਰ ਆ, ਦੁੱਧ ਵੀ ਵਧਗਾ, ਚਿੱਟਾ ਇਹਦਾ ਮੱਝਾਂ ਵਰਗਾ ਬਾਈ। ਠੀਕ ਆ ਦੋਸਤੋ, ਦੁੱਧ ਵੀ ਸੰਘਣਾ ਚਿੱਟਾ ਮੱਝਾਂ ਵਰਗਾ, ਥੋੜੀ ਡਰਦੀ ਆ।
ਕੋਸ਼ਿਸ਼ ਕਰਾਂਗੇ ਕੈਮਰਾ ਤੁਹਾਨੂੰ ਕਲੋਜ਼ ਕਰਕੇ ਦਿਖਾਉਣ ਦੀ, ਸਾਨੂੰ ਮੰਨਾ ਦਿਖਾ ਦੇਣੀ ਅੱਗੇ ਤੋਂ ਦੇਖ ਸਕਦੇ। ਹੋਰ ਸਾਰੇ ਪਾਸਿਆਂ ਤੋਂ ਗਾਂ ਓਕੇ ਆ ਬਈ, ਭੋਰਾ ਵੀ ਗਾਂ ਨੂੰ ਪ੍ਰੋਬਲਮ ਨਹੀਂ, ਕਮੀ ਪੇਸ਼ੀ ਨਹੀਂ ਗੀ, ਹਨਾ, ਮਗਰ ਵੱਛੀ ਬਹੁਤ ਚੰਗੀ ਆ। ਬਸ ਦੁੱਧ ਆਪਣੇ ਘਰੇ ਤਸੱਲੀ ਕਰ ਲੈਣ ਬਈ, ਯਾਰ ਕੋਈ ਮੁੜ ਕੇ ਸੇਵਾ ਨਹੀਂ ਕਰਦਾ, 2 ਮਹੀਨੇ ਬਾਅਦ ਕਹਿਣਗੇ ਬਈ ਗਾਂ ਦੁੱਧ ਘੱਟ ਗਈ, ਵੀ ਤੀਜੇ ਦਿਨ ਫੋਨ ਲਾ ਲਓ, ਚੌਥੇ ਲਾ ਲਓ। ਹਾਂਜੀ ਸਹੀ ਹੈ ਜੀ। ਹਾਂਜੀ ਬਾਈ, ਬਾਕੀ ਦੁੱਧ ਤਾਂ ਸੇਵਾ ਤੇ ਹੁੰਦਾ ਹੈਗਾ, ਜਿੰਨੀ ਤੁਸੀਂ ਸੇਵਾ ਕਰ ਲਓਗੇ ਉਹਨਾਂ ਤੁਸੀਂ ਦੁੱਧ ਲੈ ਲਓਗੇ। ਤਾਣਾ ਹਵਾਨਾ ਤੁਹਾਨੂੰ ਦਿਖਾ ਦਿੰਦੇ, ਮਗਰ ਤੋਂ ਵੀ ਦਿਖਾ ਦਿੰਦੇ, ਮੜਾ ਤੋੜ ਦੀ ਮੜਾ ਚੱਲ ਕਰ ਦੇਖ ਸਕਦੇ। ਮਾਨਤਾਨ ਦੋਸਤੋ ਹੋ ਜੂਗਾ 17,000 ਰੁਪਇਆ ਪ੍ਰਾਈਜ਼ ਆ। ਬੱਚੀ ਤੁਹਾਨੂੰ ਦਿਖਾ ਦਿੰਦੇ, ਬੱਚੀ ਵੀ ਦੇਖ ਸਕਦੇ। ਜਿਹੜੇ ਵੀਰ ਦੇ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਓ, ਛੋਟੇ ਮੁੱਲ ਦੀ ਵਹਿੜ ਆ, ਮੁੱਲ 17,000 ਰੁਪਇਆ, ਉਹਦੇ ਚ ਮਾਨਤਾਨ ਤੁਹਾਡਾ ਹੋ ਜੂਗਾ। ਭਾਵੇਂ 2 ਡੰਗ ਚੋਈ ਕਰ ਲਓ, ਭਾਵੇਂ 3 ਡੰਗ ਚੋਈ ਕਰ ਲਓ, ਤਸੱਲੀ ਜਿਹੜੀ ਤੁਸੀਂ ਕਰਨੀ ਬਾਈ ਤੇ ਘਰੇ ਕਰਨੀ ਆ। ਬਾਈ ਇਹਦਾ ਵੀ ਘਰੋਂ ਬਾਹਰ ਮੇਰੀ ਕੋਈ ਗਰੰਟੀ ਨਹੀਂ, ਗੇਟੋਂ ਬਾਹਰ ਆਪਦੀ ਤਸੱਲੀ ਕਰ ਲਓ, ਭਾਵੇਂ 4 ਡੰਗ ਚੋ ਲਓ। ਵੀਡੀਓ ਦੇਖਣ ਲਈ ਧੰਨਵਾਦ, ਉਹ ਤੋਂ ਸ਼ੇਅਰ ਜ਼ਰੂਰ ਕਰ ਦਿਓ।